ਨਹੀਂ ਸਕਦੀ ਕਿ ਇਸ ਇਲਾਕੇ ਦੇ ਲੋਕਾਂ ਨੇ ਕਿੰਨੀ ਵੱਡੀ ਦੇਣ ਮੈਨੂੰ ਦਿੱਤੀ ਹੈ ਜਿਹੜਾ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਸੀ। ਸੋ ਦੇਣਦਾਰ ਹਮੇਸ਼ਾ ਹੀ ਰਹਾਂਗੇ। ਅਤੇ ਜਦ ਕਿਸੇ ਇਲਾਕੇ ਤੋਂ ਮੈਨੂੰ ਦੂਰ ਰੱਖਿਆ ਗਿਆ ਉਹਦਾ ਮੈਨੂੰ ਬੜਾ ਦੁੱਖ ਹੁੰਦਾ ਸੀ, ਲੇਕਿਨ ਇਸ ਗੱਲ ਨੂੰ ਮੈਂ ਹਮੇਸ਼ਾ ਸਮਝਦੀ ਸੀ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਬਾਦਲ ਸਾਹਿਬ ਤੋਂ ਆਹੀ ਸਿੱਖਿਆ ਕਿ ਜੇ ਕੋਈ ਅਹੁਦਾ ਮਿਲਿਆ ਤਾਂ ਦਿਨ ਉਹੀ ਸਫਲਾ ਹੁੰਦਾ ਜੇ ਉਸ ਅਹੁਦੇ ਦਾ ਤੁਸੀਂ ਫਾਇਦਾ ਉਠਾ ਕੇ ਕਿਸੇ ਦਾ ਕੋਈ ਭਲਾ ਕਰ ਸਕੋ। ਕਿਉਂਕਿ ਬਾਦਲ ਸਾਹਿਬ ਨੂੰ ਇਹ ਕਰਦੇ ਹੋਏ ਦੇਖਿਆ, ਦਿਨ ਰਾਤ ਇੱਕ ਕਰਦੇ ਹੋਏ ਦੇਖਿਆ, ਸੁਖਬੀਰ ਜੀ ਨੂੰ ਦੇਖਿਆ, ਅਤੇ ਜਦ ਗੁੜਤੀ 'ਚ ਆਹ ਮਿਲਿਆ ਤਾਂ ਆਟੋਮੈਟਿਕਲੀ ਆਪਣੀ ਸੋਚ ਵੀ ਇਹੋ ਸੀ। ਲੇਕਿਨ ਇਹ ਗੱਲ ਵੀ ਮੈਂ ਸਮਝਦੀ ਸੀ ਕਿ ਬਾਦਲ ਪਰਿਵਾਰ ਦੇ ਨਾਲ ਕਨੈਕਟਡ ਹੋਣ ਦੇ ਨਾਤੇ ਕਈ ਵਾਰੀ ਆਪਣੇ ਹਲਕੇ ਦੇ ਜਿਹੜੇ ਇੰਚਾਰਜ ਹੁੰਦੇ ਨੇ ਉਹ ਕਿਸੇ ਤਰੀਕੇ ਨਾਲ ਮੇਰੀ ਦਖਲ ਅੰਦਾਜ਼ੀ ਨੂੰ ਸ਼ਾਇਦ ਬਰਦਾਸ਼ਤ ਉਹਨਾਂ ਨੂੰ ਨਹੀਂ ਹੁੰਦਾ ਸੀ, ਤਾਂ ਮੈਂ ਉਹ ਦਖਲ ਕਰਨਾ ਵੀ ਮੈਂ ਉਹਨਾਂ ਨੂੰ ਅਸਿਸਟ ਕਰਨ ਵਾਸਤੇ ਮੈਂ ਉੱਥੇ ਸੀ, ਨਾ ਕਿ ਉਹਨਾਂ ਦੀ ਜਗ੍ਹਾ ਇੱਕ ਹੋਰ ਗੁੱਟ ਬਣਾਉਣ ਵਾਸਤੇ। ਸੋ ਜੇ ਹਲਕਾ ਇੰਚਾਰਜ ਨੂੰ ਇਹ ਪਸੰਦ ਨਹੀਂ ਕਿ ਕੋਈ ਡਾਇਰੈਕਟ ਰਾਫਤਾ ਹੋਏ, ਮੈਂ ਆਪਣੇ ਆਪ ਨੂੰ ਮੈਂ ਪਿੱਛੇ ਕਰ ਲਿਆ, ਜਿਹਦੇ ਕਰਕੇ ਇਸ ਹਲਕੇ ਤੋਂ ਮੇਰੀ ਦੂਰੀਆਂ ਬਣੀਆਂ। ਹਾਲਾਂਕਿ 2009 'ਚ ਜਦ ਖਾਨਾ ਸਾਹਿਬ ਇਸ ਇਲਾਕੇ ਨੂੰ ਸਾਂਭਦੇ ਸੀ, ਆਪਣੇ ਵੱਲੋਂ ਤਾਂ ਬਹੁਤ ਵਧੀਆ ਆਪਾਂ ਕੈਂਡੀਡੇਟ ਦਿੱਤਾ ਸੀ ਕਿਉਂਕਿ ਪਰਿਵਾਰ ਦੇ ਮੈਂਬਰ ਸੀਗੇ, ਪੜ੍ਹੇ ਲਿਖੇ ਸੀਗੇ, ਅਫਸਰ ਸੀਗੇ। ਮੈਂ ਸੋਚਿਆ ਤਲਵੰਡੀ ਸਾਹਿਬ ਉਹਦਾ ਬਹੁਤ ਵਿਕਾਸ ਤਰੱਕੀ ਹੋਊਗੀ। ਤਾਂ ਬਾਦਲ ਸਾਹਿਬ ਅਤੇ ਖਾਨਾ ਸਾਹਿਬ ਨੇ ਮਿਲ ਕੇ ਬਹੁਤ ਕੁਝ ਕੀਤਾ ਇਸ ਗੁਰੂ ਸਾਹਿਬ ਦੀ ਧਰਤੀ ਵਾਸਤੇ ਅਤੇ ਇਸ ਇਲਾਕੇ ਵਾਸਤੇ, ਤਲਵੰਡੀ ਸਾਹਿਬ ਸ਼ਹਿਰ ਵਾਸਤੇ ਵੀ ਬਹੁਤ ਕੁਛ ਉਹਨਾਂ ਨੇ ਕੀਤਾ। ਲੇਕਿਨ ਜਿਵੇਂ ਹਾਲਾਤ ਬਦਲੇ, ਹਲਕਾ ਇੰਚਾਰਜ ਬਦਲੇ ਅਤੇ ਸਾਡੇ ਵਿੱਚ ਅੱਜ ਜਿਵੇਂ ਤੁਸੀਂ ਕਿਹਾ ਦੂਰੀਆਂ ਪੈਦਾ ਹੋਈਆਂ, ਇਹ ਬਿਲਕੁਲ ਸਹੀ ਗੱਲ ਹੈ ਕਿ ਜੇ ਬਾਈ ਇਲੈਕਸ਼ਨ ਦੇ ਟਾਈਮ ਕਿਤੇ ਤੁਸੀਂ ਬਾਦਲ ਸਾਹਿਬ ਤੱਕ ਪਹੁੰਚ ਕਰ ਲੈਂਦੇ ਤਾਂ ਸ਼ਾਇਦ ਇਸ ਚੇਂਬਰ ਦੀ ਇਸ ਕੋਰਟ ਇਹ ਜੇ ਤੁਹਾਡਾ ਮੰਗਾਂ ਹੈਗੀਆਂ ਅੱਜ ਇਹ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਬਾਦਲ ਸਾਹਿਬ ਬੜੇ ਖੁੱਲ੍ਹੇ ਗੱਫੇ ਵੱਡੇ ਦਿਲ ਦੇ ਨਾਲ ਹਮੇਸ਼ਾ ਵੰਡਦੇ ਸੀਗੇ। ਅੱਜ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਕਿਤੇ ਨਾ ਕਿਤੇ ਪਿਛਲੇ 6-8 ਸਾਲਾਂ 'ਚ ਜੇ ਬਾਦਲ ਸਾਹਿਬ ਦੀ ਸਰਕਾਰ ਰਹਿੰਦੀ ਇਹਨਾਂ ਸਰਕਾਰਾਂ ਦੀ ਜਗ੍ਹਾ, ਤਾਂ ਅੱਜ ਪੰਜਾਬ ਦਾ ਨਕਸ਼ਾ ਨਮੂਨਾ ਕੁਛ ਹੋਰ ਹੀ ਹੁੰਦਾ। ਇੱਕ ਪੜ੍ਹੇ ਲਿਖੇ ਸੂਝਵਾਨ ਇਨਸਾਨ ਜਿਨ੍ਹਾਂ ਨੇ ਇੱਕ ਸਰਪੰਚੀ ਤੋਂ ਆਪਣਾ ਜੀਵਨ ਸ਼ੁਰੂ ਕੀਤਾ, ਜਿੱਥੇ ਬਾਦਲ ਪਿੰਡ 'ਚ ਕੋਈ ਸੜਕ ਨਹੀਂ ਆਉਂਦੀ ਸੀ, ਇਸ ਇਲਾਕੇ 'ਚ ਪਹਿਲੀ ਸੜਕ ਇਸ ਇਲਾਕੇ 'ਚ ਬਣਾਈ ਤਾਂ ਬਾਦਲ ਸਾਹਿਬ ਦੀ ਦੇਣ ਸੀ। ਸਰਪੰਚ, ਬਲਾਕ ਸਮਿਤੀ ਮੈਂਬਰ, MLA, MP ਬਣ ਕੇ, 5 ਵਾਰੀ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਕੋਈ ਕੋਨਾ ਨਹੀਂ ਸੀ, ਕੋਈ ਵਰਗ ਨਹੀਂ ਸੀ, ਕੋਈ ਇਸੋ ਜਿਹਾ ਮੁੱਦਾ ਨਹੀਂ ਸੀ ਜਿਹੜਾ ਬਾਦਲ ਸਾਹਿਬ ਚੰਗੀ ਤਰ੍ਹਾਂ ਗਹਿਰਾਈ ਨਾਲ ਡੂੰਘਾਈ ਨਾਲ ਸਮਝਦੇ ਨਹੀਂ ਸੀ। ਅਤੇ ਆਹੀ ਕਾਰਨ ਹੈ ਕਿ ਸੂਬੇ ਦੇ ਕਿਸੇ ਕੋਨੇ 'ਚ ਚਲੇ ਜਾਓ, ਭਾਵੇਂ ਆਪਣੀ ਬਾਹਰ ਦੀ ਗੱਲ ਕਰੋ, ਬਠਿੰਡਾ ਦੀ ਬਾਹਰ ਦੀ ਗੱਲ ਕਰੋ, ਕਿਸੇ ਪਿੰਡ ਦੀ, ਕਿਸੇ ਸ਼ਹਿਰ ਦੀ, ਕਿਸੇ ਵਰਗ ਦੀ ਗੱਲ ਕਰੋ, ਜੋ ਕੁਛ ਬਾਦਲ ਸਾਹਿਬ ਨੇ ਕਰਤਾ ਅਨਪੈਰਲਡ, ਬਥੇਰੇ ਹੋਰ ਮੁੱਖ ਮੰਤਰੀ ਤੁਸੀਂ ਵੀ ਦੇਖੇ ਨੇ, ਮੁੱਖ ਮੰਤਰੀ ਕੈਪਟਨ ਸਾਹਿਬ ਵੀ ਰਹੇ ਲੇਕਿਨ ਪਟਿਆਲਾ ਸ਼ਹਿਰ ਦਾ ਕੀ ਨੁਹਾਰ ਬਦਲੀ, ਕੈਪਟਨ ਚੰਨੀ ਸਾਹਿਬ ਵੀ ਰਹੇ ਅਤੇ ਹੁਣ ਸਾਡੇ ਜਿਹੜੇ ਹੁਣ ਬਦਲਾਵ ਲਾਉਣ ਵਾਲੇ ਮੁੱਖ ਮੰਤਰੀ ਸਾਹਿਬ ਨੇ, ਇਹ ਵੀ 2 ਸਾਲ ਇਹਨਾਂ ਨੂੰ ਵੀ ਹੋ ਗਏ। ਸੋ ਬਾਦਲ ਸਾਹਿਬ ਦੇ ਕੀਤੇ ਹੋਏ ਕੰਮਕਾਜ ਇੱਕ ਪਾਸੇ ਅਤੇ ਇਹਨਾਂ ਦੇ ਇੱਕ ਪਾਸੇ, ਮੈਂ ਤਾਂ ਆਪਣੇ ਹਲਕੇ ਦੀ ਹੀ ਗੱਲ ਕਰਾਂ, ਸਭ ਤੋਂ ਵੱਡੀ ਇੰਡਸਟਰੀ ਜੇ ਆਈ ਤੁਹਾਡੇ ਰਿਫਾਈਨਰੀ ਤਾਂ ਉਹ ਬਾਦਲ ਸਾਹਿਬ ਇਸ ਇਲਾਕੇ ਵਿੱਚ ਲੈ ਕੇ ਆਏ। ਸਭ ਤੋਂ ਵੱਡੇ ਐਜੂਕੇਸ਼ਨ ਦਾ ਸੈਂਟਰ ਸੈਂਟਰਲ ਯੂਨੀਵਰਸਿਟੀ ਆਈ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਹੈ, ਉਹ ਵੀ ਇਸ ਇਲਾਕੇ ਵਿੱਚ ਤੁਹਾਡੇ ਜ਼ਿਲ੍ਹੇ ਵਿੱਚ ਲੈ ਕੇ ਆਏ। ਅਤੇ ਸਭ ਤੋਂ ਵੱਡਾ ਜੇ ਹਸਪਤਾਲ ਵੀ ਆਇਆ ਸੂਬੇ ਦਾ, ਉਹ ਵੀ ਤੁਹਾਡੇ ਇਸ ਜ਼ਿਲ੍ਹੇ ਵਿੱਚ ਹੀ ਆਇਆ। ਸੋ ਹਰ ਪੱਖੋਂ ਮੁੱਖ ਮੰਤਰੀ ਹੋਣ ਦੇ ਨਾਤੇ ਇਸ ਇਲਾਕੇ ਦੀ ਨੁਹਾਰ ਬਦਲਣ ਵਾਸਤੇ ਬਾਦਲ ਸਾਹਿਬ ਨੇ ਦਿਨ ਰਾਤ ਇੱਕ ਕਰਤਾ। ਅਤੇ ਮੈਨੂੰ ਇਸ ਗੱਲ ਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਇਹ ਸਾਡੇ ਅਗੇਂਸਟ ਜਾਂਦਾ ਸੀ ਕਿ ਜਿੰਨਾ ਪੰਜਾਬ ਦਾ ਖਜ਼ਾਨਾ ਹੈ 5 ਸਾਲ ਦਾ, 1 ਸਾਲ ਦਾ ਖਜ਼ਾਨਾ ਤਾਂ ਸਿੱਧੇ ਬਠਿੰਡੇ ਵੱਲ ਮੂੰਹ ਹੁੰਦਾ ਸੀ, ਅਤੇ ਬਿਲਕੁਲ ਸਹੀ ਗੱਲ ਹੈ, ਖਜ਼ਾਨੇ ਦਾ ਮੂੰਹ ਵੀ ਇਸ ਵੱਲ ਹੁੰਦਾ ਸੀ ਅਤੇ ਬਠਿੰਡੇ ਦੀ ਨੁਹਾਰ ਵੀ ਬਦਲੀ। ਜਿਵੇਂ ਦੱਸ ਰਹੇ ਸੀ ਹੁਣੇ ਸਿੱਧੂ ਸਾਹਿਬ ਕਿ ਜੰਗਲ ਕਿਹਾ ਜਾਂਦਾ ਸੀ, ਬੈਕਵਰਡ ਇਲਾਕਾ। ਮੈਂ ਜਦ ਪਾਰਲੀਮੈਂਟ 'ਚ ਜਾਂਦੀ ਸੀ ਉੱਥੇ ਦੇ ਮੈਨੂੰ ਜਿਹੜੇ
ਇਲੈਕਸ਼ਨ ਕਵਰ ਕਰਨ ਵਾਸਤੇ ਆਉਂਦੇ ਸੀ, ਉਹ ਵੀ ਇਹੀ ਕਹਿੰਦੇ ਸੀ ਕਿ ਅਸੀਂ ਮੈਡਮ ਤੁਹਾਡੀ ਪਹਿਲੀ ਇਲੈਕਸ਼ਨ 'ਚ ਗਏ ਸੀ ਅਤੇ ਕਮਾਲ ਕਰਦੀ, ਉਹ ਬਠਿੰਡਾ ਤੋਂ ਰਿਹਾ ਹੀ ਨਹੀਂ। ਸੋ ਇਹ ਦੇਖਣ ਨੂੰ ਮਿਲਦਾ ਸੀ ਅਤੇ ਹਰੇਕ ਇਨਸਾਨ ਇਸ ਨੂੰ ਪਹਿਚਾਣਦਾ ਸੀ ਅਤੇ ਜਾਣਦਾ ਸੀ, ਜਿਹਦੇ ਕਰਕੇ ਅੱਜ ਮੇਰਾ ਖਿਆਲ ਤੁਹਾਡੇ ਸਾਰਿਆਂ ਦੇ ਸੂਝਵਾਨ ਪੜ੍ਹੇ ਲਿਖੇ ਹੋਣ ਦੇ ਨਾਤੇ ਤੁਹਾਡੇ ਉੱਤੇ ਵੀ ਇੱਕ ਜ਼ਿੰਮੇਵਾਰੀ ਪੈਂਦੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ ਦੇ ਰਾਹੀਂ ਜੋ ਮਰਜ਼ੀ ਲੋਕਾਂ ਦੇ ਮਨ 'ਚ ਦਿਮਾਗ 'ਚ ਭਰਿਆ ਜਾ ਸਕਦਾ ਹੈ। ਕੂੜ ਪ੍ਰਚਾਰ ਦਾ ਸ਼ਿਕਾਰ ਹੋਣ ਦੇ ਨਾਤੇ ਝੂਠੇ ਗੱਲਾਂ, ਝੂਠੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਸਾਹਿਬ ਦੇ ਉੱਤੇ ਲਗਾ ਕੇ, ਮੈਂ ਸਮਝਦੀ ਹਾਂ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਦਾ ਹੀ ਨਹੀਂ, ਕਿਉਂਕਿ ਇਹ ਤਾਂ ਖੇਤਰੀ ਪਾਰਟੀ 103 ਸਾਲ ਪੁਰਾਣੀ ਪਾਰਟੀ, ਅਗਲੇ 100 ਸਾਲ ਵੀ ਇਹਨੇ ਇੱਥੇ ਹੀ ਰਹਿਣਾ। ਲੇਕਿਨ ਖੇਤਰੀ ਪਾਰਟੀ ਜਿੰਨੀ ਮਜ਼ਬੂਤ ਹੁੰਦੀ ਹੈ, ਬਾਦਲ ਸਾਹਿਬ ਵਰਗੇ ਲੀਡਰ ਜਿੰਨੇ ਹੁੰਦੇ, ਉਹਦੇ ਨਾਲ ਸੂਬੇ ਦਾ ਲੋਕਾਂ ਦਾ ਭਲਾ ਹੀ ਹੁੰਦਾ ਹੈ। ਇਹ 7-8 ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਇਕੱਲੇ ਕਮਜ਼ੋਰ ਨਹੀਂ ਹੋਏ, ਪੰਜਾਬ ਕਮਜ਼ੋਰ ਹੋਇਆ। ਅਤੇ ਆਂਕੜਿਆਂ ਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਤਾਂ ਕੋਈ ਬੰਦਾ ਸਿਆਸੀ ਗੱਲ ਕਰਨ ਦੀ ਲੋੜ ਨਹੀਂ, ਤੁਸੀਂ ਆਪ ਸਾਰੇ ਪੜ੍ਹੇ ਲਿਖੇ ਹੋ, ਆਪ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਟਾਈਮ 'ਚ ਜਦ 10 ਸਾਲ ਆਪਣੇ ਸੀਗੇ, ਆਹੀ ਪੰਜਾਬ ਸੀਗਾ, ਆਹੀ ਪੰਜਾਬ ਦਾ ਖਜ਼ਾਨਾ ਸੀਗਾ। ਜੇ ਉਸ ਖਜ਼ਾਨੇ ਵਿੱਚ ਅਸੀਂ ਆਪਣਾ ਪਿਛਲਾ ਕਰਜ਼ਾ ਘਟਾ ਕੇ ਆਮਦਨ ਵਧਾ ਕੇ, ਜੇ ਬਿਜਲੀ ਦੇ ਵੱਡੇ ਵੱਡੇ ਥਰਮਲ ਪਾਵਰ ਪਲਾਂਟ 6000 ਮੈਗਾਵਾਟ ਦੀ ਬਿਜਲੀ ਨੂੰ 13000 ਮੈਗਾਵਾਟ ਅਸੀਂ ਬਣਾ ਸਕਦੇ ਸੀਗੇ, ਅੱਜ ਇਹ ਪੰਜਾਬ ਵਿੱਚ ਬਿਜਲੀ ਹੈਗੀ, ਸਰਪਲਸ ਹੈਗੀ, ਉਹ ਬਾਦਲ ਸਾਹਿਬ ਦੀ ਸਰਕਾਰ ਦੀ ਦੇਣ, ਤੁਹਾਡੀ ਆਪਣੀ ਸਰਕਾਰ ਦੀ ਦੇਣ ਸੀਗੀ। ਬਿਜਲੀ ਨੂੰ ਡਬਲ ਕਰਕੇ, ਵੱਡੇ ਹਸਪਤਾਲ, ਵੱਡੇ ਸਕੂਲ, ਹਰ ਪਿੰਡਾਂ ਸ਼ਹਿਰਾਂ ਨੂੰ ਸੀਵਰ, ਵਾਟਰ ਸਪਲਾਈ, ਵਾਟਰ ਵਰਕਸ, ਬਿਜਲੀ ਦੇ ਗ੍ਰਿਡ, ਹਰ ਤਰ੍ਹਾਂ ਦੀ ਸਹੂਲਤ ਦੇਣ ਵਾਸਤੇ ਆਹ ਸੜਕਾਂ ਦਾ ਜਾਲ ਚਾਰੋ ਸਵੇਰੇ ਪੰਜਾਬ 'ਚ ਜਿਹੋ ਜਿਹਾ ਹੈਗਾ, ਇਹ ਕਦੇ ਪੰਜਾਬ 'ਚ ਹੁੰਦਾ ਸੀ? ਅੱਜ ਕਿਹੜੇ ਪੰਜਾਬ ਦੇ ਚੰਡੀਗੜ੍ਹ ਜਾਣਾ, ਅੰਮ੍ਰਿਤਸਰ ਜਾਣਾ, 2.5-3 ਘੰਟੇ 'ਚ ਤੁਸੀਂ ਹਵਾਈ ਅੱਡੇ ਨਵੇਂ ਬਣਾਏ, ਹਰ ਚੀਜ਼ ਨੂੰ ਕਰਕੇ ਪੰਜਾਬ ਨੂੰ, ਤਾਂ ਕਿ ਇੱਕ ਪੰਜਾਬ ਇੱਕ ਡੈਸਟੀਨੇਸ਼ਨ ਬਣੇ। ਕਿਉਂਕਿ ਸੁਖਬੀਰ ਜੀ ਦਾ ਨਿਸ਼ਾਨਾ ਆ ਸੀ ਕਿ ਪਾਵਰ ਹੋਊਗੀ ਤਾਂ ਹੀ ਇੰਡਸਟਰੀ ਆਊਗੀ, ਇੰਡਸਟਰੀ ਆਊਗੀ ਤਾਂ ਹੀ ਜੋਬਸ ਮਿਲਣਗੀਆਂ। ਸੋ ਪੰਜਾਬ ਦੇ ਭਵਿੱਖ ਨੂੰ ਦੇਖਦੇ ਹੋਏ ਦਿਨ ਰਾਤ ਉਹਨਾਂ ਨੇ ਇੱਕ ਕੀਤੀ, ਅਤੇ ਪੰਜਾਬ ਨੇ ਤਰੱਕੀ ਵੀ ਇਹੋ ਜਿਹੀ ਕੀਤੀ, ਭਾਵੇਂ ਨੌਕਰੀਆਂ ਕਹੀਏ, 2.5 ਲੱਖ ਨੌਕਰੀਆਂ, 70,000 ਤਾਂ ਟੀਚਰਾਂ ਦੀ ਭਰਤੀਆਂ ਹੋਈਆਂ, ਤਾਂ ਕਿ ਸਕੂਲਾਂ 'ਚ ਟੀਚਰਾਂ ਪਹੁੰਚਣ, ਡਾਕਟਰਾਂ ਦੀ, ਟੀਚਰਾਂ ਦੀ, ਆਲ ਔਨ ਮੈਰਿਟ। ਸੋ ਇਸ ਤਰੀਕੇ ਦੇ ਨਾਲ ਮੈਨੂੰ ਮਾਣ ਹੈ ਕਿ ਭਾਵੇਂ ਪਿੰਡਾਂ 'ਚ ਪੀਣ ਦਾ ਪਾਣੀ ਜਿੱਥੇ ਇੰਨਾ ਮਾੜਾ ਪਾਣੀ ਹੋਵੇ, ਪਿੰਡ ਪਿੰਡ 'ਚ ਆਰ ਓ ਸਿਸਟਮ ਪੰਜਾਬ 'ਚ ਪਾ, ਆਰ ਓ ਸਿਸਟਮ ਲਿਜਾ ਕੇ, ਤਾਂ ਕਿ ਸਾਫ਼ ਸੁਥਰਾ ਪਾਣੀ। ਅੱਡ ਗੱਲ ਹੈ ਕਿ ਹੁਣ ਸਾਰੇ ਬੰਦ ਨੇ, ਲੇਕਿਨ ਜਿਸ ਸਰਕਾਰ ਨੇ ਦਿਨ ਰਾਤ ਮਿਹਨਤ ਕੀਤੀ, ਉਹੀ ਖਜ਼ਾਨਾ ਸੀਗਾ, ਹਰ ਵਰਗ ਨੂੰ ਸਹੂਲਤਾਂ ਦਿੱਤੀਆਂ। ਲੇਕਿਨ ਜਦ ਉਹ ਖਜ਼ਾਨਾ ਕਾਂਗਰਸ ਦੇ ਹੱਥ 'ਚ ਗਿਆ, ਫਿਰ 5 ਸਾਲ 'ਚ 1,00,000 ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਪੰਜਾਬ ਦੇ ਉੱਤੇ ਚੜ੍ਹਾਇਆ। 1,00,000 ਕਰੋੜ ਰੁਪਏ ਕੋਈ ਛੋਟੀ ਰਕਮ ਨਹੀਂ ਹੁੰਦੀ ਹੈ। ਠੀਕ ਹੈ, ਕਰਜ਼ਾ ਲੈ ਐਕਸਪੈਂਸ਼ਨ ਕਰਨ, ਡਾਕਟਰਾਂ ਦੀ, ਟੀਚਰਾਂ ਦੀ, ਆਲ ਔਨ ਮੈਰਿਟ। ਸੋ ਇਸ ਤਰੀਕੇ ਦੇ ਨਾਲ ਮੈਨੂੰ ਮਾਣ ਹੈ ਕਿ ਭਾਵੇਂ ਪਿੰਡਾਂ 'ਚ ਪੀਣ ਦਾ ਪਾਣੀ ਜਿੱਥੇ ਇੰਨਾ ਮਾੜਾ ਪਾਣੀ ਹੋਵੇ, ਪਿੰਡ ਪਿੰਡ 'ਚ ਆਰ ਓ ਸਿਸਟਮ ਪੰਜਾਬ 'ਚ ਪਾ, ਆਰ ਓ ਸਿਸਟਮ ਲਿਜਾ ਕੇ, ਤਾਂ ਕਿ ਸਾਫ਼ ਸੁਥਰਾ ਪਾਣੀ। ਅੱਡ ਗੱਲ ਹੈ ਕਿ ਹੁਣ ਸਾਰੇ ਬੰਦ ਨੇ, ਲੇਕਿਨ ਜਿਸ ਸਰਕਾਰ ਨੇ ਦਿਨ ਰਾਤ ਮਿਹਨਤ ਕੀਤੀ, ਉਹੀ ਖਜ਼ਾਨਾ ਸੀਗਾ, ਹਰ ਵਰਗ ਨੂੰ ਸਹੂਲਤਾਂ ਦਿੱਤੀਆਂ। ਲੇਕਿਨ ਜਦ ਉਹ ਖਜ਼ਾਨਾ ਕਾਂਗਰਸ ਦੇ ਹੱਥ 'ਚ ਗਿਆ, ਫਿਰ 5 ਸਾਲ 'ਚ 1,00,000 ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਪੰਜਾਬ ਦੇ ਉੱਤੇ ਚੜ੍ਹਾਇਆ। 1,00,000 ਕਰੋੜ ਰੁਪਏ ਕੋਈ ਛੋਟੀ ਰਕਮ ਨਹੀਂ ਹੁੰਦੀ ਹੈ। ਠੀਕ ਹੈ, ਕਰਜ਼ਾ ਲੈ ਐਕਸਪੈਂਸ਼ਨ ਕਰਨ ਵਾਸਤੇ, ਡਿਵੈਲਪਮੈਂਟ ਵਾਸਤੇ ਜ਼ਰੂਰ ਪੈਸਿਆਂ ਦੀ ਲੋੜ ਹੈ, ਕਰਜ਼ਾ ਲੈਂਦੀਆਂ ਨੇ ਸਰਕਾਰਾਂ, ਲੇਕਿਨ ਇਸ 1,00,000 ਕਰੋੜ ਦੇ ਨਾਲ 5 ਸਾਲਾਂ ਵਿੱਚ ਕੀ ਕੋਈ 1 ਨਵਾਂ ਮੈਗਾਵਾਟ ਪਾਵਰ ਕੋਈ ਐਡ ਹੋਇਆ, ਕੋਈ ਨਵਾਂ ਹਸਪਤਾਲ ਬਣਿਆ, ਕੋਈ ਨਵਾਂ ਸਕੂਲ ਬਣਿਆ, ਕੋਈ ਪੁਲ, ਕੋਈ ਫਲਾਈਓਵਰ, ਕੋਈ ਸੜਕ, ਕੋਈ ਸਹੂਲਤ ਮਿਲੀ ਜਿਹੜੀ ਬਾਦਲ ਸਾਹਿਬ ਦੀ ਦਿੱਤੀ ਹੋਈ ਨਹੀਂ ਸੀ? ਕਿ ਤੁਹਾਡੇ ਬਾਹਰ ਨੂੰ ਕੁਛ ਮਿਲਿਆ, ਕਿ ਤੁਹਾਡੇ ਤਲਵੰਡੀ ਸਾਹਿਬ 'ਚ ਕੁਛ ਆਇਆ? ਉਹ 1,00,000 ਰੁਪਇਆ ਗਿਆ ਕਿੱਥੇ?
ਜੇ ਤੁਸੀਂ ਸਾਰੇ ਪੜ੍ਹੇ ਲਿਖੇ ਇਸ ਗੱਲ ਦੇ ਬਾਰੇ ਨਹੀਂ ਸੋਚੇ, ਕਿਉਂਕਿ ਕਰਜ਼ਾ ਤਾਂ ਤੁਹਾਡੇ ਸਿਰ 'ਤੇ ਖੜਿਆ ਹੈ। ਸਰਕਾਰ ਭਾਵੇਂ ਬਦਲ ਜਾਏ, ਉਸ ਕਰਜ਼ੇ ਨੂੰ ਉਤਾਰਨਾ ਕਿਹਨੇ, ਲੋਕਾਂ ਨੇ ਹੀ ਉਤਾਰਨਾ ਪਊਗਾ, ਤੁਹਾਡੇ ਤੋਂ ਹੀ ਵਸੂਲ ਹੋਊਗਾ। ਅਤੇ ਉਹ ਤਾਂ ਲੁੱਟ ਕੇ ਖਾ ਕੇ ਹੁਣ ਅੱਧੇ ਕੋਈ ਵਜ਼ੀਫੇ ਦੇ ਘੁਟਾਲੇ 'ਚ ਜੇਲ੍ਹ 'ਚ, ਕਾਂਗਰਸ ਮੰਤਰੀ ਬੰਦ, ਕੋਈ ਰਾਸ਼ਨ ਦੇ ਘੁਟਾਲੇ 'ਚ ਬੰਦ, ਕੋਈ ਹੈਲਥ ਮਿਨਿਸਟਰ, ਕੋਈ ਭਾਜਪਾ 'ਚ ਆਪਦੀ ਜਾਨ ਬਚਾਉਣ ਵਾਸਤੇ, ਕੋਈ ਮਾਫ ਕਰਨਾ ਰਾਜਾ ਵੜਿੰਗ ਵਰਗੇ ਵੀ ਘੁਟਨੇ ਟੇਕੀ ਬੈਠੇ ਨੇ। ਮੇਰਾ ਬੱਸਾਂ ਦਾ ਘੁਟਾਲਾ ਨਾ ਖੋਲ੍ਹੀ, ਮੈਂ ਤੇਰੇ ਖਿਲਾਫ਼ ਮੂੰਹ ਨਹੀਂ ਖੋਲ੍ਹਦਾ, ਕੋਈ ਸਮਝੌਤਾ ਕਰੀ ਬੈਠੇ ਨੇ। ਸੋ ਮਤਲਬ ਇਹ ਘੁਟਾਲੇ ਘੁਟਾ, ਹੁਣ ਤਾਂ ਸ਼ਰੇਆਮ ਇਕੱਠੇ ਹੋ ਗਏ। ਆਮ ਆਦਮੀ ਅਤੇ ਕਾਂਗਰਸ ਪਾਰਟੀ ਜੋ ਮਰਜ਼ੀ ਕਹਿਣ, ਜੇ ਰਾਹੁਲ ਗਾਂਧੀ ਅਤੇ ਕੇਜਰੀਵਾਲ ਇਕੱਠੇ ਹੋ ਗਏ ਅਤੇ ਹੁਣ ਇਕੱਠੇ ਕਾਹਦੇ ਵਾਸਤੇ ਪੰਜਾਬ 'ਚ ਹੋਏ ਨੇ? ਇਸ ਕਰਕੇ ਨਹੀਂ ਕਿ ਦੁਗਨੀ ਲੋਕਾਂ ਦੀ ਸੇਵਾ ਕਰਨੀ, ਆਪ ਦੀ ਕੁਰਸੀਆਂ ਤਾਂ ਹੀ ਪਹੁੰਚਣੇ, ਤਾਂ ਆਪਣੀ ਜਾਨ ਬਚਾਉਣ ਵਾਸਤੇ, ਆਪਣੇ ਘੁਟਾਲੇ ਬਚਾਉਣ ਵਾਸਤੇ ਇਕੱਠੇ ਹੋ ਗਏ। ਅਤੇ ਆਹ ਜਿਨ੍ਹਾਂ ਨੇ ਵੱਡੀ ਵੱਡੀ ਬਦਲਾਵ ਦੀ ਗੱਲਾਂ ਕੀਤੀਆਂ ਸੀਗੀਆਂ, 60,000 ਕਰੋੜ ਰੁਪਇਆ ਦਾ ਕਰਜ਼ਾ 2 ਸਾਲਾਂ 'ਚ ਆਮ ਆਦਮੀ ਨੇ ਚੱਕ ਲਿਆ, ਅਤੇ ਇਹਨਾਂ 2 ਸਾਲਾਂ 'ਚ ਪੰਜਾਬ ਦੇ ਹਾਲਾਤ ਕੀ ਪੈਦਾ ਹੋ ਗਏ ਨੇ? ਗੈਂਗਸਟਰਾਂ ਦਾ ਰਾਜ, ਲੁੱਟਾਂ, ਖੋਹਾਂ, ਫਿਰੌਤੀਆਂ, ਇਹ ਪੰਜਾਬ ਜੰਗਲ ਰਾਜ, ਮੈਂ ਕਹਿੰਦੀ ਹਾਂ, ਸਿੱਧੂ ਸਾਹਿਬ ਕਹਿ ਰਹੀ ਸੀ, ਉਸੇ ਜੰਗਲ ਰਾਜ ਤਾਂ ਹੁਣ ਹੈਗਾ। ਇੰਡਸਟਰੀ ਆਉਣੀ ਕਿ ਪੰਜਾਬ ਦੀ ਇੰਡਸਟਰੀ ਪਲਾਨ ਬਾਹਰ ਭੱਜੀ ਜਾ ਰਹੀ ਹੈ, 3 ਲੱਖ ਕਰੋੜ ਦੀ ਇੰਡਸਟਰੀ ਬਾਹਰ ਚਲੀ ਗਈ ਪੰਜਾਬ ਤੋਂ, ਆ ਕੌਣ ਰਿਹਾ? 60,000 ਕਰੋੜ ਦਾ ਜੇ ਤੁਸੀਂ ਕਰਜ਼ਾ ਲਿੱਤਾ ਹੈ, ਉਹਦੇ ਵਾਸਤੇ ਹੈ ਕੀ ਦਿਖਾਉਣ ਵਾਸਤੇ? ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ, ਭਾਵੇਂ ਕਾਰਡ, ਨੀਲੇ ਕਾਰਡ ਹੋਣ ਗਰੀਬਾਂ ਵਾਸਤੇ, ਸ਼ਗਨ ਦੀ ਸਕੀਮ, ਉਹ ਸਾਰੇ ਬੰਦ ਕਰ ਦਿੱਤੀਆਂ ਨੇ। ਕਾਰਡ ਕੱਟਤੇ, ਸ਼ਗਨ ਦੀ ਸਕੀਮ ਬੰਦ ਕਰਤੀ, ਪੈਨਸ਼ਨ ਕਿਸੇ ਦੀ ਨਵੀਂ ਲੱਗ ਨਹੀਂ ਰਹੀ, ਨਾ ਕਿਸੇ ਪਿੰਡ ਨੂੰ, ਨਾ ਸ਼ਹਿਰ ਨੂੰ ਕੋਈ ਗ੍ਰਾਂਟ, ਨਾ ਕੋਈ ਨਵੀਂ ਇੰਡਸਟਰੀ। ਇਕੱਲੇ ਇਸ਼ਤਿਹਾਰ, ਵੱਡੇ ਵੱਡੇ ਇਸ਼ਤਿਹਾਰ, ਜਿਹੜਾ 20 ਕਰੋੜ ਦਾ ਸਾਡਾ ਬਜਟ ਹੁੰਦਾ ਸੀ ਸਾਡੇ ਟਾਈਮ 'ਚ, ਤਾਂ ਕਿ ਪੈਸੇ ਵੇਸਟ ਨਾ ਹੋਣ, ਗਾਓਂ ਪਿੰਡਾਂ 'ਚ, ਪਿੰਡਾਂ 'ਚ ਸ਼ਹਿਰਾਂ ਤਾਈਂ ਪਹੁੰਚਣ, ਅੱਜ 850 ਕਰੋੜ ਪਰ ਈਅਰ ਦਾ ਇਸ਼ਤਿਹਾਰਾਂ ਦਾ ਬਜਟ ਹੈਗਾ। ਅਤੇ 60,000 ਕਰੋੜ ਰੁਪਏ ਗਏ ਕਿੱਥੇ? 10 ਲੱਖ ਰੁਪਏ ਪਰ ਆਰ ਦਾ ਤਾਂ ਜਹਾਜ਼ ਕੇਜਰੀਵਾਲ ਨੂੰ ਸਾਰੇ ਸੂਬਿਆਂ ਵਿੱਚ ਘੁਮਾਉਣ ਵਾਸਤੇ, ਉਹਨੂੰ ਚਮਕਾਉਣ, ਪ੍ਰਧਾਨ ਮੰਤਰੀ ਬਣਾਉਣ ਵਾਸਤੇ। ਜੇ ਰਾਘਵ ਚੱਡਾ ਦਾ ਵਿਆਹ ਹੋ ਜਾਏ ਤਾਂ 1,000 ਪੁਲਿਸ ਦੀ ਗੱਡੀਆਂ ਜਾਂਦੀਆਂ ਨੇ ਉੱਥੇ, ਖਰਚਾ ਤੁਹਾਡੇ ਉੱਤੇ, ਤੇਲ, ਪਾਣੀ, ਰਹਿਣਾ, ਖਾਣਾ ਪੀਣਾ ਤੁਹਾਡੇ ਉੱਤੇ, ਅੱਧੀ ਸਾਡੀ ਫੌਜ ਬੈਠੀ ਹੋਈ ਕੇਜਰੀਵਾਲ ਦੀ ਹਿਫਾਜ਼ਤ ਕਰਨ ਵਾਸਤੇ। ਜਿਹੜੀ ਵੀ ਪੋਸਟ ਹੋਏ, MPs ਵੀ ਬਾਹਰ ਵਾਲੇ, ਕਦੇ ਸੁਣਿਆ ਕਿ MP ਮੈਂਬਰ ਆਫ ਪਾਰਲੀਮੈਂਟ ਹੋਏ ਲੇਕਿਨ ਪੰਜਾਬ ਦਾ ਨਹੀਂ, ਦੂਜੇ ਸੂਬਿਆਂ ਦਾ ਹੋਏ? ਅੱਜ ਪੰਜਾਬ ਦਾ MP ਜਾ ਕੇ ਹਰਿਆਣੇ 'ਚ ਕਹਿੰਦਾ ਹੈ, ਪੰਜਾਬ 'ਚ ਬਣ ਗਈ, ਹੁਣ ਹਰਿਆਣੇ 'ਚ ਬਣਾ ਦਿਉ, ਅਸੀਂ ਗਾਰੰਟੀ ਦਿੰਦੇ ਹਾਂ ਕਿ ਪੰਜਾਬ ਦਾ ਪਾਣੀ ਹਰਿਆਣੇ 'ਚ ਜਾਊਗਾ। ਸਾਡੇ ਹਰੇਕ ਹੱਕ ਦੇ ਉੱਤੇ ਕਮਜ਼ੋਰ, ਸਾਡੇ ਪਾਣੀਆਂ ਦੇ ਨਾਲ ਕੇਸ ਕਮਜ਼ੋਰ ਕਰਕੇ ਦੂਜੇ ਸੂਬੇ, ਕੋਈ ਅਦਾਲਤ ਨੇ ਕਿਸੇ ਦਿਨ ਫੈਸਲਾ ਦੇਣਾ ਪੰਜਾਬ ਚੱਕ ਕੇ ਪਾਣੀ ਉੱਥੇ ਫੌਜ ਲਾ ਕੇ ਬਾਹਰ ਲੈ ਜਾਏ, ਕਿਉਂਕਿ ਕੇਸ ਹੀ ਇੰਨਾ ਕਮਜ਼ੋਰ ਕਰਦਾ ਹੈ। ਜਦ ਕੇਜਰੀਵਾਲ ਕਹਿੰਦਾ ਹੈ ਦਿੱਲੀ ਨੂੰ ਚਾਹੀਦਾ ਹੈ, ਮੈਂ ਹਰਿਆਣਵੀ ਹੈਗਾ, ਇੱਥੇ ਹਰਿਆਣੇ ਨੂੰ ਵੀ ਚਾਹੀਦਾ, ਮੁੱਖ ਮੰਤਰੀ ਦੀ ਕੀ ਵਜ੍ਹਾ, ਜੇ ਕੁਰਸੀ 'ਚ ਬੈਠਣਾ ਹੈ ਤਾਂ ਉਹਨਾਂ ਦੀ ਸੁਣਨੀ ਪਊਗੀ। ਪਾਣੀ ਦਾ ਕੇਸ ਕਮਜ਼ੋਰ, ਰਾਜਧਾਨੀ 'ਚ ਹਰਿਆਣੇ ਨੇ ਥਾਂ ਮੰਗੀ, ਦਿੱਲੀ ਨੇ ਚੱਕ ਕੇ ਦੇਤੀ ਹੈ, ਸਾਡੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਮੂੰਹ ਬੰਦ ਕਰੀ ਬੈਠੇ ਨੇ। ਹਰ ਪੱਖੋਂ ਹਰ ਚੀਜ਼ ਦਾ ਕੇਸ, ਇੱਥੇ ਤਾਂ ਇਹ ਬੇਅਦਬੀ ਦਾ ਜਿਹੜਾ ਸਾਡੇ ਕੂੜ ਪ੍ਰਚਾਰ, ਬੇਅਦਬੀ ਦਾ, ਤੁਸੀਂ ਤਾਂ ਸਾਰੇ ਵਕੀਲ ਹੋ, ਤੁਹਾਡੇ ਸਾਹਮਣੇ ਮੈਂ ਕੀ ਝੂਠ ਮਾਰ ਸਕਦੀ ਹਾਂ? ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ 5 ਸਾਲ ਦੀ ਸਿੱਟ ਕਾਂਗਰਸ ਨੇ ਬਣਾਈ, ਉਸ ਬੇਅਦਬੀ ਦੀ ਸਿੱਟ ਦੀ ਰਿਪੋਰਟ ਭਗਵੰਤ ਮਾਨ ਨੇ ਪੇਸ਼ ਕੀਤੀ। 1.5 ਸਾਲ ਤੋਂ ਕੇਸ ਚੱਲ ਰਿਹਾ, ਨਾ ਕੋਈ ਬਾਦਲਾਂ ਦਾ ਨਾਂ, ਨਾ ਕੋਈ ਅਕਾਲੀ ਦਲ ਦਾ ਨਾਂ, ਅਤੇ ਕੂੜ ਪ੍ਰਚਾਰ ਦੋਨਾਂ ਨੇ ਰਲ ਮਿਲ ਕੇ। ਅਤੇ ਹੁਣ ਵੱਡੀ ਗੱਲ ਕਿ ਜਿਹੜਾ 1.5 ਸਾਲ 'ਚ ਕੇਸ ਚੱਲਿਆ, ਕੱਲ੍ਹ ਫੁਲਕਾ ਸਾਹਿਬ ਦੀ ਕੀ, ਉਹਨਾਂ ਨੇ ਜਿਹੜਾ ਇੱਕ ਕੈਂਡੀਡੇਟ ਦਾ ਰਹੇ, ਕਹਿੰਦੇ ਕਿ ਜਾਨ ਵਕੀਲ ਹੀ ਨਹੀਂ ਪੇਸ਼ ਹੋ ਰਿਹਾ, ਕਿਉਂਕਿ ਇਹ ਉਹ ਬੇਅਦਮੀ ਨੂੰ ਹੱਲ ਕਰਨਾ ਨਹੀਂ ਚਾਹੁੰਦੇ, ਕਿਉਂਕਿ ਇਸ ਡੰਡੇ ਦੇ ਨਾਲ ਤਾਂ ਅਕਾਲੀ ਦਲ ਨੂੰ ਬਦਨਾਮ ਕਰਨਾ ਹੈ ਨਾ ਜੀ।
ਅਤੇ ਹੁਣ ਕੇਸ ਪੰਜਾਬ ਤੋਂ ਬਾਹਰ ਜਾ ਰਹੇ ਨੇ, ਬਾਹਰ ਤੋਂ ਬਰੀ ਹੋ ਜਾਣਗੇ। ਤਾਂ ਇੰਨਾ ਵੱਡਾ ਗੱਲ ਉਹ ਹਮੇਸ਼ਾ ਬੇਅਦਬੀ ਕੀਤੀ। ਉਹ ਇਲਜ਼ਾਮ ਲਾਉਂਦੇ ਨੇ ਜਿਨ੍ਹਾਂ ਟੈਂਕਾਂ ਤੋਪਾਂ ਦੇ ਨਾਲ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਕੀਤੇ, ਜਿਨ੍ਹਾਂ ਨੇ ਕਤਲੇਆਮ ਕੀਤੇ। ਇਹ ਲੋਕ ਉਸ ਬਾਦਲ ਸਾਹਿਬ ਅਤੇ ਉਸ ਪਾਰਟੀ ਦੇ ਉੱਤੇ ਇਲਜ਼ਾਮ ਲਾਉਂਦੇ ਜਿਹੜੀ ਪਾਰਟੀ ਨੇ ਖੂਨ ਡੋਲਿਆ, ਜਿਸ ਇਨਸਾਨ ਨੇ 18 ਸਾਲ ਕੈਦਾਂ ਕੱਟੀਆਂ ਇਸ ਸੂਬੇ ਦੇ ਲੋਕਾਂ ਦੀ ਹੱਕਾਂ ਦੀ ਰਾਖੀ ਵਾਸਤੇ। ਲੇਕਿਨ ਜਿਵੇਂ ਮੈਂ ਕਹਿੰਦੀ, ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਕੂੜ ਪ੍ਰਚਾਰ, 100 ਝੂਠ ਬੋਲੋ, ਲੋਕ ਉਹਨੂੰ ਹੀ ਸੱਚ ਮੰਨਣ ਲੱਗ ਜਾਂਦੇ। ਜਿਹਦੇ ਕਰਕੇ ਤੁਹਾਨੂੰ ਬੇਨਤੀ ਕਰਦੀ ਹਾਂ, ਅੱਜ ਭਾਵੇਂ ਨਸ਼ੇ ਦੇਖ ਲਓ, ਜਿਹੜਾ ਦੂਜਾ ਇਲਜ਼ਾਮ ਲੱਗਦਾ ਸੀ ਕਿ ਸਾਡਾ ਪਰਿਵਾਰ ਨਸ਼ੇ ਵੇਚਦਾ ਹੈ, ਹੁਣ ਬਾਦਲ ਸਾਹਿਬ ਨੂੰ ਤਾਂ ਤੁਸੀਂ ਜਾਣਦੇ ਹੋ, ਤੁਸੀਂ ਆਹ ਵੀ ਜਾਣਦੇ ਹੋ ਮੇਰੇ ਭਰਾ ਦੇ ਉੱਤੇ ਵੀ ਝੂਠੇ ਕੇਸ ਬਣਾ ਕੇ ਉਹਨੂੰ ਵੀ ਜੇਲ੍ਹ 'ਚ ਸਿੱਟਿਆ, ਅਤੇ ਕੀ ਨਸ਼ਾ ਬੰਦ ਹੋ ਗਿਆ? ਅਤੇ ਜੇ ਅਸੀਂ ਬੇਅਦਬੀ ਕੀਤੀ ਆ, ਨਸ਼ੇ ਵੇਚਿਆ, ਫੜ ਕੇ ਬੰਦ ਕਰੋ ਨਾ ਜੇ ਕੋਈ ਸਬੂਤ ਹੈ, ਲੇਕਿਨ ਨਸ਼ੇ ਤਾਂ ਬੰਦ ਕਰੋ। ਸਾਡੇ ਟਾਈਮ 'ਚ 10 ਸਾਲ ਪਹਿਲੇ ਕਿੰਨਾ ਚਿੱਟਾ ਵਿਕਦਾ ਸੀਗਾ, ਕਿੰਨੇ ਬੱਚੇ ਚਿੱਟੇ ਨਾਲ, ਕਿੰਨੀ ਗਲੀਆਂ 'ਚ, ਸ਼ਹਿਰਾਂ 'ਚ ਚਿੱਟਾ ਆਮ ਵਿਕਦਾ ਸੀਗਾ। ਸੁਰਖੀਆਂ ਉਸ ਟਾਈਮ ਕੀ ਹੁੰਦੀ ਸੀ, ਇੰਨਾ ਨਸ਼ਾ ਇੱਥੋਂ ਫੜਿਆ ਗਿਆ, ਇੰਨੇ ਬੰਦੇ ਇੱਥੇ ਫੜੇ ਗਏ। ਅੱਜ ਸੁਰਖੀਆਂ ਸਿਰਫ ਹੈ ਕਿ ਕਿੰਨੇ ਮਾਵਾਂ ਦੇ ਪੁੱਤ ਇੰਜੈਕਸ਼ਨ ਟੀਕੇ ਲਾਉਂਦੇ ਹੋਏ ਮਰ ਗਏ, ਅਤੇ ਹਰ ਗਲੀ ਹਰ ਨੁੱਕਰ 'ਚ ਸ਼ਰੇਆਮ ਨਸ਼ਾ ਵਿਕ ਰਿਹਾ, ਕੋਈ ਰੋਕ ਟੋਕ ਨਹੀਂ। ਅਦਾਲਤ ਨੇ ਆਪ ਫਟਕਾਰ ਲਾਈ ਹੈ ਕਿ ਲੱਗਦਾ ਸਰਕਾਰ ਨਸ਼ੇ ਵੇਚ ਰਹੀ ਹੈ। ਮੈਂ ਤਾਂ ਨਹੀਂ ਕਹਿ ਰਹੀ, ਜੇ ਕਿਸੇ ਜੇਲ੍ਹ ਦੇ ਵਿੱਚ ਮਿਲ ਰਿਹਾ ਤਾਂ ਉਹ ਵੀ ਸਰਕਾਰ ਵੇਚਦੀ, ਅਸੀਂ ਤਾਂ ਨਹੀਂ ਵੇਚਦੇ। ਲੁਧਿਆਣੇ 'ਚ ਸ਼ਰਾਬ ਦੇ ਠੇਕਿਆਂ 'ਚ ਨਸ਼ੇ ਚਿੱਟਾ ਵਿਕ ਰਿਹਾ ਸ਼ਰੇਆਮ। ਸੋ ਜਿਹਦੇ ਕਰਕੇ ਮੈਂ ਬੇਨਤੀ ਕਰਦੀ ਹਾਂ, ਤੁਸੀਂ ਸਾਰੇ ਪੜ੍ਹੇ ਲਿਖੇ ਹੋਣ ਦੇ ਨਾਤੇ, ਹੁਣ ਤਾਂ ਜੀ ਉਹ ਦਿੱਲੀ ਮਾਡਲ ਪੰਜਾਬ 'ਚ ਅਪਲਾਈ ਹੋ ਰਿਹਾ ਹੈਗਾ। ਕੋਈ ਮੂੰਹ ਖੋਲ੍ਹੇ, ਕੋਈ ਬੋਲੇ, ਕੋਈ ਮੀਡੀਆ ਬੋਲੇ ਤਾਂ ਚੱਕ ਕੇ ਬੰਦ ਕਰ ਦਿਓ, ਕੇਸ ਕਰ ਦਿਓ। ਛੋਟੇ ਛੋਟੇ ਵਰਕਰਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈਗਾ। ਸੋ ਇਹ ਜਿਹੜਾ ਵਿਆਹ ਹੋ ਜਾਏ ਤਾਂ 1000 ਪੁਲਿਸ ਦੀ ਗੱਡੀਆਂ ਜਾਂਦੀਆਂ ਨੇ ਉੱਥੇ, ਖਰਚਾ ਤੁਹਾਡੇ ਉੱਤੇ, ਤੇਲ ਪਾਣੀ ਰਹਿਣਾ ਖਾਣਾ ਪੀਣਾ ਤੁਹਾਡੇ ਉੱਤੇ। ਅੱਧੀ ਸਾਡੀ ਫੌਜ ਬੈਠੀ ਹੋਈ ਕੇਜਰੀਵਾਲ ਦੀ ਹਿਫਾਜ਼ਤ ਕਰਨ ਵਾਸਤੇ। ਜਿਹੜੀ ਵੀ ਪੋਸਟ ਹੋਏ, MPs ਵੀ ਬਾਹਰ ਵਾਲੇ, ਕਦੇ ਸੁਣਿਆ ਕਿ MP ਮੈਂਬਰ ਆਫ ਪਾਰਲੀਮੈਂਟ ਹੋਏ ਲੇਕਿਨ ਪੰਜਾਬ ਦਾ ਨਹੀਂ, ਦੂਜੇ ਸੂਬਿਆਂ ਦਾ ਹੋਏ? ਅੱਜ ਪੰਜਾਬ ਦਾ MP ਜਾ ਕੇ ਹਰਿਆਣੇ 'ਚ ਕਹਿੰਦਾ ਹੈ, ਪੰਜਾਬ 'ਚ ਬਣ ਗਈ, ਹੁਣ ਹਰਿਆਣੇ 'ਚ ਬਣਾ ਦਿਓ, ਅਸੀਂ ਗਾਰੰਟੀ ਦਿੰਦੇ ਹਾਂ ਕਿ ਪੰਜਾਬ ਦਾ ਪਾਣੀ ਹਰਿਆਣੇ 'ਚ ਜਾਊਗਾ। ਸਾਡੇ ਹਰੇਕ ਹੱਕ ਦੇ ਉੱਤੇ ਕਮਜ਼ੋਰ, ਸਾਡੇ ਪਾਣੀਆਂ ਦੇ ਨਾਲ ਕੇਸ ਕਮਜ਼ੋਰ ਕਰਕੇ ਦੂਜੇ ਸੂਬੇ, ਕੋਈ ਅਦਾਲਤ ਨੇ ਕਿਸੇ ਦਿਨ ਫੈਸਲਾ ਦੇਣਾ ਪੰਜਾਬ ਚੱਕ ਕੇ ਪਾਣੀ ਉੱਥੇ ਫੌਜ ਲਾ ਕੇ ਬਾਹਰ ਲੈ ਜਾਏ, ਕਿਉਂਕਿ ਕੇਸ ਹੀ ਇੰਨਾ ਕਮਜ਼ੋਰ ਕਰਦਾ ਹੈ। ਜਦ ਕੇਜਰੀਵਾਲ ਕਹਿੰਦਾ ਹੈ ਦਿੱਲੀ ਨੂੰ ਚਾਹੀਦਾ ਹੈ, ਮੈਂ ਹਰਿਆਣਵੀ ਹੈਗਾ, ਇੱਥੇ ਹਰਿਆਣੇ ਨੂੰ ਵੀ ਚਾਹੀਦਾ, ਮੁੱਖ ਮੰਤਰੀ ਦੀ ਕੀ ਵਜ੍ਹਾ, ਜੇ ਕੁਰਸੀ 'ਚ ਬੈਠਣਾ ਹੈ ਤਾਂ ਉਹਨਾਂ ਦੀ ਸੁਣਨੀ ਪਊਗੀ। ਪਾਣੀ ਦਾ ਕੇਸ ਕਮਜ਼ੋਰ, ਰਾਜਧਾਨੀ 'ਚ ਹਰਿਆਣੇ ਨੇ ਥਾਂ ਮੰਗੀ, ਦਿੱਲੀ ਨੇ ਚੱਕੇ ਦੇ ਤੀ ਹੈ, ਸਾਡੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਮੂੰਹ ਬੰਦ ਕਰੀ ਬੈਠੇ ਨੇ। ਹਰ ਪੱਖੋਂ ਹਰ ਚੀਜ਼ ਦਾ ਕੇਸ, ਇੱਥੇ ਤਾਂ ਬੇਅਦਬੀ ਦਾ ਜਿਹੜਾ ਸਾਡੇ ਕੂੜ ਪ੍ਰਚਾਰ ਬੇਅਦਬੀ ਦਾ, ਤੁਸੀਂ ਤਾਂ ਸਾਰੇ ਵਕੀਲ ਹੋ, ਤੁਹਾਡੇ ਸਾਹਮਣੇ ਮੈਂ ਕੀ ਝੂਠ ਮਾਰ ਸਕਦੀ ਹਾਂ? ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ 5 ਸਾਲ ਦੀ ਸਿੱਟ ਕਾਂਗਰਸ ਨੇ ਬਣਾਈ, ਉਸ ਬੇਅਦਬੀ ਦੀ ਸਿੱਟ ਦੀ ਰਿਪੋਰਟ ਭਗਵੰਤ ਮਾਨ ਨੇ ਪੇਸ਼ ਕੀਤੀ। 1.5 ਸਾਲ ਤੋਂ ਕੇਸ ਚੱਲ ਰਿਹਾ, ਨਾ ਕੋਈ ਬਾਦਲਾਂ ਦਾ ਨਾਂ, ਨਾ ਕੋਈ ਅਕਾਲੀ ਦਲ ਦਾ ਨਾਂ, ਅਤੇ ਕੂੜ ਪ੍ਰਚਾਰ ਦੋਨਾਂ ਨੇ ਰਲ ਮਿਲ ਕੇ। ਅਤੇ ਹੁਣ ਵੱਡੀ ਗੱਲ ਕਿ ਜਿਹੜਾ 1.5 ਸਾਲ 'ਚ ਕੇਸ ਚੱਲਿਆ, ਕੱਲ੍ਹ ਫੁਲਕਾ ਸਾਹਿਬ ਦੀ ਕੀ, ਉਹਨਾਂ ਨੇ ਜਿਹੜਾ ਇੱਕ ਕੈਂਡੀਡੇਟ ਦਾ ਕਹਿੰਦੇ ਕਿ ਜਾਨ ਵਕੀਲ ਹੀ ਨਹੀਂ ਪੇਸ਼ ਹੋ ਰਿਹਾ, ਕਿਉਂਕਿ ਇਹ ਉਹ ਬੇਅਦਮੀ ਨੂੰ ਹੱਲ ਕਰਨਾ ਨਹੀਂ ਚਾਹੁੰਦੇ, ਕਿਉਂਕਿ ਇਸ ਡੰਡੇ ਦੇ ਨਾਲ ਤਾਂ ਅਕਾਲੀ ਦਲ ਨੂੰ ਬਦਨਾਮ ਕਰਨਾ ਹੈ ਨਾ ਜੀ। ਅਤੇ ਹੁਣ ਕੇਸ ਪੰਜਾਬ ਤੋਂ ਬਾਹਰ ਜਾ ਰਹੇ ਨੇ, ਬਾਹਰ ਤੋਂ ਬਰੀ ਹੋ ਜਾਣਗੇ। ਤਾਂ ਇੰਨਾ ਵੱਡਾ ਗੱਲ ਉਹ ਹਮੇਸ਼ਾ ਬੇਅਦਬੀ ਕੀਤੀ। ਉਹ ਇਲਜ਼ਾਮ ਲਾਉਂਦੇ ਨੇ ਜਿਨ੍ਹਾਂ ਟੈਂਕਾਂ ਤੋਪਾਂ ਦੇ ਨਾਲ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਕੀਤੇ, ਜਿਨ੍ਹਾਂ ਨੇ ਕਤਲੇਆਮ ਕੀਤੇ। ਇਹ ਲੋਕ ਉਸ ਬਾਦਲ ਸਾਹਿਬ ਅਤੇ ਉਸ ਪਾਰਟੀ ਦੇ ਉੱਤੇ ਇਲਜ਼ਾਮ ਲਾਉਂਦੇ ਜਿਹੜੀ ਪਾਰਟੀ ਨੇ ਖੂਨ ਡੋਲਿਆ, ਜਿਸ ਇਨਸਾਨ ਨੇ 18 ਸਾਲ ਕੈਦਾਂ ਕੱਟੀਆਂ ਇਸ ਸੂਬੇ ਦੇ ਲੋਕਾਂ ਦੀ ਹੱਕਾਂ ਦੀ ਰਾਖੀ ਵਾਸਤੇ। ਲੇਕਿਨ ਜਿਵੇਂ ਮੈਂ ਕਹਿੰਦੀ, ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਕੂੜ ਪ੍ਰਚਾਰ, 100 ਝੂਠ ਬੋਲੋ, ਲੋਕ ਉਹਨੂੰ ਹੀ ਸੱਚ ਮੰਨਣ ਲੱਗ ਜਾਂਦੇ।
ਜਿਹਦੇ ਕਰਕੇ ਤੁਹਾਨੂੰ ਬੇਨਤੀ ਕਰਦੀ ਹਾਂ, ਅੱਜ ਭਾਵੇਂ ਨਸ਼ੇ ਦੇਖ ਲਓ, ਜਿਹੜਾ ਦੂਜਾ ਇਲਜ਼ਾਮ ਲੱਗਦਾ ਸੀ ਕਿ ਸਾਡਾ ਪਰਿਵਾਰ ਨਸ਼ੇ ਵੇਚਦਾ ਹੈ, ਹੁਣ ਬਾਦਲ ਸਾਹਿਬ ਨੂੰ ਤਾਂ ਤੁਸੀਂ ਜਾਣਦੇ ਹੋ, ਤੁਸੀਂ ਆਹ ਵੀ ਜਾਣਦੇ ਹੋ ਮੇਰੇ ਭਰਾ ਦੇ ਉੱਤੇ ਵੀ ਝੂਠੇ ਕੇਸ ਬਣਾ ਕੇ ਉਹਨੂੰ ਵੀ ਜੇਲ੍ਹ 'ਚ ਸਿੱਟਿਆ, ਅਤੇ ਕੀ ਨਸ਼ਾ ਬੰਦ ਹੋ ਗਿਆ? ਅਤੇ ਜੇ ਅਸੀਂ ਬੇਅਦਬੀ ਕੀਤੀ ਆ ਨਸ਼ੇ ਪੇ, ਫੜ ਕੇ ਬੰਦ ਕਰੋ ਨਾ ਜੇ ਕੋਈ ਸਬੂਤ ਹੈ, ਲੇਕਿਨ ਨਸ਼ੇ ਤੋਂ ਬੰਦ ਕਰੋ। ਸਾਡੇ ਟਾਈਮ 'ਚ 10 ਸਾਲ ਪਹਿਲੇ ਕਿੰਨਾ ਚਿੱਟਾ ਵਿਕਦਾ ਸੀਗਾ, ਕਿੰਨੇ ਬੱਚੇ ਚਿੱਟੇ ਨਾਲ, ਕਿੰਨੀ ਗਲੀਆਂ 'ਚ ਸ਼ਹਿਰਾਂ 'ਚ ਚਿੱਟਾ ਆਮ ਵਿਕਦਾ ਸੀਗਾ। ਸੁਰਖੀਆਂ ਉਸ ਟਾਈਮ ਕੀ ਹੁੰਦੀ ਸੀ, ਇੰਨਾ ਨਸ਼ਾ ਇੱਥੋਂ ਫੜਿਆ ਗਿਆ, ਇੰਨੇ ਬੰਦੇ ਇੱਥੇ ਫੜੇ ਗਏ। ਅੱਜ ਸੁਰਖੀਆਂ ਸਿਰਫ ਹੈ ਕਿ ਕਿੰਨੇ ਮਾਵਾਂ ਦੇ ਪੁੱਤ ਇੰਜੈਕਸ਼ਨ ਟੀਕੇ ਲਾਉਂਦੇ ਹੋਏ ਮਰ ਗਏ, ਅਤੇ ਹਰ ਗਲੀ ਹਰ ਨੁੱਕਰ 'ਚ ਸ਼ਰੇਆਮ ਨਸ਼ਾ ਵਿਕ ਰਿਹਾ, ਕੋਈ ਰੋਕ ਟੋਕ ਨਹੀਂ। ਅਦਾਲਤ ਨੇ ਆਪ ਫਟਕਾਰ ਲਾਈ ਹੈ ਕਿ ਲੱਗਦਾ ਸਰਕਾਰ ਨਸ਼ੇ ਵੇਚ ਰਹੀ ਹੈ। ਮੈਂ ਤਾਂ ਨਹੀਂ ਕਹਿ ਰਹੀ, ਜੇ ਕਿਸੇ ਜੇਲ੍ਹ ਦੇ ਵਿੱਚ ਮਿਲ ਰਿਹਾ ਤਾਂ ਉਹ ਵੀ ਸਰਕਾਰ ਵੇਚਦੀ, ਅਸੀਂ ਤਾਂ ਨਹੀਂ ਵੇਚਦੇ। ਲੁਧਿਆਣੇ 'ਚ ਸ਼ਰਾਬ ਦੇ ਠੇਕਿਆਂ 'ਚ ਨਸ਼ੇ ਚਿੱਟਾ ਵਿਕ ਰਿਹਾ ਸ਼ਰੇਆਮ। ਸੋ ਜਿਹਦੇ ਕਰਕੇ ਮੈਂ ਬੇਨਤੀ ਕਰਦੀ ਹਾਂ, ਤੁਸੀਂ ਸਾਰੇ ਪੜ੍ਹੇ ਲਿਖੇ ਹੋਣ ਦੇ ਨਾਤੇ, ਹੁਣ ਤਾਂ ਜੀ ਉਹ ਦਿੱਲੀ ਮਾਡਲ ਪੰਜਾਬ 'ਚ ਅਪਲਾਈ ਹੋ ਰਿਹਾ ਹੈਗਾ, ਕੋਈ ਮੂੰਹ ਖੋਲੇ ਕੋਈ ਬੋਲੇ, ਕੋਈ ਮੀਡੀਆ ਬੋਲੇ ਤਾਂ ਚੱਕ ਕੇ ਬੰਦ ਕਰ ਦਿਉ, ਕੇਸ ਕਰ ਦਿਉ। ਛੋਟੇ ਛੋਟੇ ਵਰਕਰਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈਗਾ। ਸੋ ਇਹ ਜਿਹੜਾ ਉੱਪਰੋਂ ਇਹ ਚੱਲ ਰਿਹਾ ਕਿ ਡਰਾ ਧਮਕਾ ਕੇ ਬੰਦ ਕਰ ਲਏ, ਇਹ ਜਿਹੜੇ ਨਵੇਂ ਨਵੇਂ ਮੁੱਖ ਮੰਤਰੀ ਬਣਦੇ ਨੇ, ਇੱਕ ਤਾਕਤ ਦਾ ਜਿਹੜਾ ਉਹ ਸ਼ੌਕ ਜਿਹਾ ਚੜ੍ਹਦਾ ਹੈਗਾ, ਇਹ ਨਹੀਂ ਪਤਾ ਕਿ ਇਹਦੇ ਨਾਲ ਪੰਜਾਬ ਦੇ ਲੋਕ ਦਵਾਈ ਨਹੀਂ ਜਾ ਸਕਦੇ, ਇਹ ਦੱਬਦੇ ਨਹੀਂ ਹੈਗੇ, ਇਹ ਉਹ ਗੁਰੂ ਦੀ ਕੌਮ ਹੈਗੀ। ਲੇਕਿਨ ਜ਼ਰੂਰ ਮੈਂ ਤੁਹਾਡੇ ਤੋਂ ਆਸ ਕਰਦੀ ਹਾਂ ਕਿ ਅੱਜ ਜੇ ਪੰਜਾਬ ਨੂੰ ਬਚਾਉਣਾ ਹੈ, ਜਦ ਸੂਬਾ ਕਰਜ਼ਾਈ ਹੋ ਜਾਂਦਾ, ਤੁਸੀਂ ਮੇਰੇ ਤੋਂ ਵੱਧ ਪੜ੍ਹੇ ਲਿਖੇ ਹੋ, ਫਿਰ ਨਾ ਤਾਂ ਕੋਈ ਨਵੀਂ ਨੌਕਰੀ ਲੱਗਦੀ ਹੈ, ਨਾ ਹਸਪਤਾਲ, ਨਾ ਸਕੂਲ, ਇੱਕ ਇੱਕ ਕਰਕੇ ਸਭ ਕੁਝ ਖਤਮ ਹੀ ਹੁੰਦਾ ਹੈ, ਵੱਧਦਾ ਨਹੀਂ ਹੈਗਾ। ਸੋ ਜੇ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਹੈ ਤਾਂ ਫਿਰ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਦਿੱਲੀ ਇਤਿਹਾਸ ਗਵਾਏ ਕਿ ਕਦੇ ਪੰਜਾਬ ਦੀ ਸਗੀ ਹੋ ਹੀ ਨਹੀਂ ਸਕਦੀ, ਨਾ ਮੋਦੀ ਸਾਹਿਬ ਸਗੇ ਹੋ ਸਕਦੇ, ਨਾ ਗਾਂਧੀ ਪਰਿਵਾਰ ਸਗਾ ਰਿਹਾ ਹੈ, ਅਤੇ ਨਾ ਹੀ ਕੇਜਰੀਵਾਲ। ਜੇ ਖੇਤਰੀ ਪਾਰਟੀ ਹੋਊਗੀ ਤਾਂ ਪੰਜਾਬ ਦੇ ਹੱਕਾਂ ਦੀ ਰਾਖੀ ਹੋਊਗੀ। ਮਾੜੇ ਹਾਂ, ਚੰਗੇ ਹਾਂ, ਜਿਵੇਂ ਵੀ ਹਾਂ, ਤੁਹਾਡੇ ਹਾਂ, ਤੁਹਾਡੇ ਪ੍ਰਤੀ ਵਫ਼ਾਦਾਰ ਹਾਂ। ਸਾਡੇ ਵਾਸਤੇ ਪੰਜਾਬ ਫਸਟ, ਕੁਰਸੀ ਫਸਟ ਨਹੀਂ, ਨਾ ਹੀ ਦਿੱਲੀ ਦੀ ਕੋਈ ਹਕੂਮਤ ਸਾਡੇ ਉੱਤੇ ਚੱਲਦੀ ਹੈ, ਹਕੂਮਤ ਚੱਲਦੀ ਹੈ ਅਕਾਲੀ ਦਲ ਦੇ ਉੱਤੇ, ਅਤੇ ਪੰਜਾਬ ਦੇ ਲੋਕਾਂ ਦੀ ਹਕੂਮਤ ਚੱਲਦੀ ਹੈ। ਸੋ ਮੈਂ ਆਸ ਕਰਦੀ ਹਾਂ ਕਿ ਪੰਜਾਬ ਦੇ ਖਾਤਰ ਜਿਸ ਬਾਦਲ ਸਾਹਿਬ ਨੇ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਅਤੇ ਪੰਜਾਬ ਫਸਟ ਕਰਕੇ ਸਾਰੀ ਉਮਰ ਉਹਨਾਂ ਨੇ ਇਸ ਟੀਚੇ ਦੇ ਨਾਲ ਲੰਘਾਈ, ਤਾਂ ਤੁਹਾਡੇ ਸਾਹਮਣੇ ਉਹਨਾਂ ਦੀ ਸੇਵਾ ਹੈਗੀ। ਕੂੜ ਪ੍ਰਚਾਰ ਨੂੰ ਇੱਕ ਪਾਸੇ ਰੱਖ ਕੇ ਸਾਡੀ ਮਦਦ ਕਰੋ, ਕਿਉਂਕਿ ਸੁਖਬੀਰ ਜੀ ਅਤੇ ਜਾਂ ਪਾਰਟੀ 'ਚ 100 ਘਾਟ ਕਮੀਆਂ ਹੋ ਸਕਦੀਆਂ, ਲੇਕਿਨ ਆ ਜਿੰਨੇ ਮੁੱਖ ਮੰਤਰੀ ਤੁਸੀਂ ਕੈਪਟਨ ਸਾਹਿਬ ਨੂੰ, ਚੰਨੀ ਸਾਹਿਬ ਨੂੰ, ਭਗਵੰਤ ਮਾਨ ਨੂੰ, ਇਹਨਾਂ ਦੇ ਬਰਾਬਰ ਦੇ ਮੈਂ ਕਹਿ ਸਕਦੀ ਹਾਂ ਦਾਅਵੇ ਦੇ ਨਾਲ, ਪੜ੍ਹੇ ਲਿਖੇ ਹੋਣ ਦੇ ਨਾਤੇ, ਜੇ ਸੁਖਬੀਰ ਜੀ ਉਸ ਸਮੇਂ ਵਿਜ਼ਨ ਲੈ ਕੇ ਚੱਲ ਸਕਦੇ ਕਿ ਮੈਂ ਬਿਜਲੀ ਸਰਪਲਸ ਕਰਾਂਗਾ, ਆਟੇ ਦਾਲ ਵਾਲੀ ਸਕੀਮ, ਬਾਲ ਸਾਹਿਬ ਕਾਕਾ ਕਿੱਥੋਂ ਆਉਣਗੇ ਪੈਸੇ, ਕਹਿੰਦੇ ਬਾਲ ਸਾਹਿਬ ਤੁਸੀਂ ਅਨਾਊਂਸ ਕਰੋ, ਪੈਸੇ ਕਿੱਥੋਂ ਆਉਣਗੇ? ਮੈਂ ਪੜ੍ਹੇ ਲਿਖੇ ਹੋਣ ਦੇ ਨਾਤੇ ਹੀ ਨੋਸ ਕਿ ਜਨਰੇਸ਼ਨ ਕਿਵੇਂ ਕਰਦੀ, ਇਨਕਮ ਕਿਵੇਂ ਜਨਰੇਟ ਕਰਨੀ, ਤਾਂ ਹੀ ਬਠਿੰਡੇ ਦੇ ਨੁਹਾਰ ਹੈ ਤਾਂ ਨਹੀਂ ਬਦਲ ਗਈ, ਪੈਸੇ ਲੱਗਦੇ ਨੇ, ਮਿਹਨਤ ਲੱਗਦੀ ਹੈ, ਕੀਤਾ ਅਤੇ ਕਰਨਗੇ ਵੀ। ਜੇ ਪੰਜਾਬ ਨੂੰ ਇਸ ਦਲਦਲ ਤੋਂ ਕੱਢਣਾ ਹੈ, ਅੱਜ ਇਹੋ ਜਿਹੇ ਮੁੱਖ ਮੰਤਰੀ ਦੀ ਲੋੜ ਹੈ ਜਿਹਨੂੰ ਪਤਾ ਹੈ, ਅਤੇ ਜਿਹਦੇ ਕੋਲ ਬਾਦਲ ਸਾਹਿਬ ਦੇ ਇੱਥੇ ਥੱਲੇ ਜਿਹਦੀ ਟ੍ਰੇਨਿੰਗ ਹੋਈ ਹੈ, ਉਹ ਤੋਂ ਉਹੀ ਮੈਂ ਕਹਿੰਦੇ ਕਿ ਬਾਦਲ ਸਾਹਿਬ ਹਿਮਸੈਲਫ, ਸ਼ਾਇਦ ਸਿੱਧੂ ਸਾਹਿਬ ਵੀ ਮੰਨਣਗੇ ਕਿ ਜਿੱਥੇ ਪੰਜਾਬ ਦੇ ਕੰਮਕਾਜ ਦੀ ਗੱਲ ਹੈ, ਤੁਸੀਂ ਆਪ ਹੀ ਇਸ ਗੱਲ ਕਿ ਇਸ ਪਾਰਟੀ ਦੇ ਬਰਾਬਰ ਦੇ ਕੰਮਕਾਜ ਕੋਈ ਨਹੀਂ, ਤਾਂ ਉਹ ਬਾਦਲ ਸਾਹਿਬ ਇੱਕ ਹਾਵਰਡ ਇੰਸਟੀਟਿਊਸ਼ਨ ਮੈਂ ਮੰਨਦੀ ਹਾਂ ਕਿ ਜੇ ਕੋਈ ਪੋਲੀਟਿਕਸ ਸਿੱਖਣਾ ਚਾਹੁੰਦਾ ਹੈ, ਜੇ ਕੋਈ ਸੇਵਾ ਸਿੱਖਣਾ ਚਾਹੁੰਦਾ ਹੈ, ਤਾਂ ਇਹੋ ਜਿਹੀ ਭਾਈਚਾਰਕ ਸਾਂਝ ਕਿ ਹਰੇਕ ਵਰਗ ਉਹਨਾਂ ਨੂੰ ਆਪਣਾ ਮੰਨਦਾ ਹੈ, ਭਾਵੇਂ ਗਰੀਬ ਹੋਏ, ਕਿਸਾਨ ਹੋਏ, ਮਜ਼ਦੂਰ ਹੋਏ, ਉਹ ਸਾਰਿਆਂ ਵਾਸਤੇ ਆਪਣੇ ਸੀਗੇ। ਤਾਂ ਮੈਂ ਤਾਂ ਤੁਹਾਨੂੰ ਸਿਰਫ ਇੰਨੀ ਅਪੀਲ ਕਰਾਂਗੀ ਕਿ ਜ਼ਰੂਰ ਤੁਸੀਂ ਜਿਸ ਕੁਰਸੀ 'ਚ ਬੈਠੇ ਹੋ, ਜਿਸ ਅਹੁਦੇ 'ਚ ਬੈਠੇ ਹੋ, ਤੁਹਾਡੇ ਕੋਲ ਬਹੁਤ ਤਾਕਤ ਹੈ, ਤੁਸੀਂ ਚੀਜ਼ਾਂ ਨੂੰ ਸਮਝਦੇ ਹੋ, ਜ਼ਰੂਰ ਪ੍ਰਚਾਰ ਕਰਿਆ ਕਰੋ। ਅਸੀਂ ਸੋਸ਼ਲ ਮੀਡੀਆ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਅਕਾਲੀ ਦਲ ਨੂੰ ਜ਼ਮੀਨ 'ਚ ਕੰਮ ਕਰਨਾ ਆਉਂਦਾ ਹੈ, ਸੋਸ਼ਲ ਮੀਡੀਆ ਇਜ਼ ਨੋਟ ਆਰ ਫੋਟੇ, ਐਂਡ ਅੱਜ ਕੱਲ੍ਹ ਹੈ ਹੀ ਹੈ
ਇਹ ਆਮ ਆਦਮੀ ਪਾਰਟੀ ਹੈ ਹੀ ਸਿਰਫ ਸੋਸ਼ਲ ਮੀਡੀਆ। ਪੰਜ ਸਟੇਟਾਂ 'ਚ ਦੇਖੋ, ਪੰਜਾਬ ਨੂੰ 60,000 ਕਰੋੜ ਦਾ ਕਰਜ਼ਾਈ ਕਰਕੇ ਪੈਸੇ ਉਡਾ ਦਿੱਤੇ ਉੱਥੇ ਸਾਰੇ ਆਪਣੇ, ਅਤੇ ਨੋਟਾਂ ਤੋਂ ਵੀ ਘੱਟ ਵੋਟਾਂ ਲੋਕਾਂ ਨੇ ਮੂੰਹ ਤੱਕ ਨਹੀਂ ਲਾਇਆ। ਅੱਜ ਸਮਾਂ ਆ ਗਿਆ ਕਿ ਪੰਜਾਬ 'ਚ ਵੀ ਆਪਾਂ ਪੰਜਾਬ ਨੂੰ ਬਚਾਈਏ, ਅਤੇ ਬਚਾਂਗੇ ਤਾਂ ਜੇ ਸਰਕਾਰ ਨੂੰ ਜਗਾਵਾਂਗੇ। ਜਗਦੀ ਹੈ ਸਰਕਾਰ ਸਿਰਫ ਵੋਟ ਦੀ ਚੋਟ ਦੇ ਨਾਲ, ਆਉਣਗੀਆਂ ਵੋਟਾਂ, ਜ਼ਰੂਰ ਇਹੋ ਜਿਹੀ ਸੱਟ ਮਾਰੋ ਕਿ ਸਰਕਾਰ ਜਾਗ ਜਾਏ ਅਤੇ ਪੰਜਾਬ ਨੂੰ ਬਚਾ ਦੇ, ਆਪਣੇ ਕੀਤੇ ਹੋਏ ਵਾਅਦਿਆਂ ਵੱਲ ਕੰਮ ਪੁੱਟੇ, ਅਤੇ ਨਾ ਹੀ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਆਪਣੇ ਪੰਜਾਬ ਨੂੰ ਲੁੱਟਦੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੀ ਤੁਸੀਂ ਮੰਗਾਂ ਰੱਖੀਆਂ ਨੇ। ਦੱਸੋ ਜੀ ਪ੍ਰਧਾਨ ਸਾਹਿਬ, ਕੀ ਤੁਹਾਡਾ ਹੁਕਮ ਹੈ? ਅਸੀਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਆਪਦੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੀ ਤਲਵੰਡੀ ਬਾਰ ਰੂਮ ਦੇ ਵਿੱਚ ਆਏ ਅਤੇ ਸਾਡੇ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਅਤੇ ਅੱਜ ਅਸੀਂ 10 ਲੱਖ ਰੁਪਈਆ ਨਵੀਆਂ ਚੈਂਬਰ ਕੰਸਟਰਕਸ਼ਨ ਕਰਨ ਲਈ ਉਹਨਾਂ ਤੋਂ ਮੰਗਿਆ ਸੀ, ਪਰ ਉਹਨਾਂ ਨੇ ਸਾਡੇ ਬਾਰ ਦੇ ਮਾਹੌਲ ਨੂੰ ਦੇਖ ਕੇ, ਸਾਡੇ ਵਕੀਲ ਸਾਹਿਬਾਨਾਂ ਦੇ ਸਾਰੇ ਕੰਮਕਾਰ ਨੂੰ ਦੇਖਦੇ ਹੋਏ, ਸਾਨੂੰ 20 ਲੱਖ ਦੀ ਗ੍ਰਾਂਟ ਅੱਜ ਜਾਰੀ ਕਰਕੇ ਗਏ ਨੇ ਵੀ ਚੈਂਬਰ ਕੰਸਟਰਕਸ਼ਨ ਕਰਨ ਲਈ, ਅਤੇ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਅਤੇ ਕੁਛ ਹੋਰ ਮੰਗਾਂ ਸੀਗੀਆਂ ਜਿਹੜੀਆਂ ਕਿ ਅਸੀਂ ਸਬ ਡਿਵੀਜ਼ਨ ਬਾਰ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਕਰਕੇ ਇਹ ਅਣਦੇਖੀ ਰਹਿ ਜਾਂਦੀ ਹੈ, ਅਤੇ ਉਹ ਗੁਰੂਆਂ ਦੇ ਨਾਂ 'ਤੇ ਉਹਨਾਂ ਨੇ ਕਿਹਾ ਵੀ ਜਦੋਂ ਕਿਤੇ ਸਾਡੀ ਸਰਕਾਰ ਆਈ, ਅਸੀਂ ਇਹਨੂੰ ਜ਼ਿਲ੍ਹਾ ਬਣਾਉਣ ਬਾਰੇ ਜ਼ਰੂਰ ਵਿਚਾਰ ਆਪਦੇ ਏਜੰਡੇ 'ਚ ਰੱਖਾਂਗੇ।